ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਇੱਕ ਘੰਟਾ ਸੀਐਮ ਭਗਵੰਤ ਮਾਨ ਨੇ ਬੈਠਕ ਕੀਤੀ ਉੱਚ ਅਧਿਕਾਰੀਆਂ ਦੇ ਨਾਲ ਅਤੇ ਇਸ ਦੇ ਨਾਲ ਹੀ ਡੀਸੀ ਜੇ ਸੀ ਜ਼ਿਲ੍ਹਾ ਦੇ ਉਹ ਵੀ ਮੌਜੂਦ ਰਹੇ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਮਾਰਕਫੈਡ ਦੇ ਕੁਛ ਵੱਡੇ ਅਧਿਕਾਰੀ ਅਤੇ ਬਹੁਤ ਹੀ ਜ਼ਿਆਦਾ ਇਸ ਵੇਲੇ ਜੇ ਹੈ ਕਿਉਂਕਿ ਕਣਕ ਦੀ ਖਰੀਦ ਆ ਰਹੀ ਹੈ ਉਸ ਨੂੰ ਲੈ ਕੇ ਮੰਡੀਆਂ ਦਾ ਵਿਚਕਾਰ ਜਿਹੇ ਨੇ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਸ ਨੂੰ ਲੈ ਕੇ ਇਹ ਬੈਠਕ ਸੱਦੀ ਗਈ ਸੀ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜੇ ਹੈ ਉਹ ਨਹੀਂ ਆਏਗੀ ਬੇਟੀ ਖਤਮ ਹੋ ਚੁੱਕੀ ਅਸੀਂ ਮੰਤਰੀ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਜਾਣਾਂਗੇ ਕੀ ਉਹ ਕਹਿੰਦੇ ਨੇ ਮੰਡੀਆਂ ਦੇ ਅੰਦਰ ਕਣਕ ਦੀ ਆਮਦ ਜਿਹੜੀ ਆ ਕੰਪੈਰੀਟਿਵਲੀ ਬਾਕੀ ਆਮ ਸੀਜ਼ਨ ਨਾਲ ਥੋੜਾ ਜਿਹਾ ਐਰਕਾਂ ਲੇਟ ਆ ਲੇਕਿਨ ਸ਼ੁਰੂ ਹੋ ਗਈ ਹੈ ਦੋ ਚਾਰ ਦਿਨ 'ਚ ਸੀਜ਼ਨ ਪੀਕ 'ਤੇ ਆ ਜਾਣਾ ਜਿਹੜੀਆਂ ਰਿਕੁਆਇਰਮੈਂਟਸ ਇਹਦੇ ਨਾਲ ਮਤਲਬ ਆਪਣੀਆਂ ਜੁੜਵੀਆਂ ਨੇ ਬਾਰਦਾਨੇ ਦਾ ਸਵਾਲ ਹੈ ਸੀ ਸੀ ਐਲ ਦਾ ਸਵਾਲ ਉਹ ਸਾਡਾ ਆਲਮੋਸਟ ਕੰਪਲੀਟ ਆ ਉਹ ਸੋ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਪੂਰਾ ਮੰਡੀਆਂ ਦੇ ਅੰਦਰ ਬੰਦੋਬਸਤ ਕਰ ਲਏ ਗਏ ਆ ਨਾਲ ਦੀ ਨਾਲ ਜਿਹੜਾ ਬਾਹਰਲੇ ਸੂਬਿਆਂ ਦੇ ਅੰਦਰੋਂ ਲਿਆ ਕੇ ਜਿਹੜਾ ਆ ਉਹ ਵੇਚਿਆ ਜਾਂਦਾ ਅਨਾਜ ਇੱਥੇ ਉਹਦੇ ਲਈ ਵੀ ਅਸੀਂ ਨਾਕਿਆਂ ਦਾ ਚੰਗਾ ਬੰਦੋਬਸਤ ਕੀਤਾ ਗਿਆ ਪੂਰੇ ਪੰਜਾਬ ਨੂੰ ਸੀਲ ਕਰਾਂਗੇ ਸੋ ਵੈਟਰ ਰਿਜ਼ਲਟ ਐਰਕਾਂ ਤੁਹਾਨੂੰ ਇਹਦੇ 'ਚ ਮਿਲਣਗੇ 24 ਘੰਟਿਆਂ ਦੇ ਵਿੱਚ ਅਦਾਇਗੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਕਸ਼ਮੀਰ ਸਿੰਘ ਇਹਦੀ ਉਦਾਹਰਣ ਨੇ ਜਿਹੜੇ ਆਪਣੇ ਪਟਿਆਲੇ ਦੇ ਉਹਨਾਂ ਨੂੰ ਪਹਿਲੀ ਨੂੰ ਲੈ ਕੇ ਆਇਆ 2 ਤਰੀਕ ਉਹਨਾਂ ਨੂੰ ਪੇਮੈਂਟ ਕਰ ਦਿੱਤੀ ਗਈ ਹੈ ਸੋ ਇਸ ਕਰਕੇ ਪੇਮੈਂਟ ਦਾ ਕੋਈ ਇਸ਼ੂ ਨਹੀਂ 24 ਘੰਟਿਆਂ ਦੇ ਵਿੱਚ ਜਿਹੜੀ ਉਹ ਪੇਮੈਂਟ ਅਸੀਂ ਕੰਪਲੀਟ ਕਰਾਂਗੇ ਦੇਖੋ ਜੀ ਫ੍ਰੀ ਕੁਝ ਨਹੀਂ ਹੁੰਦਾ ਅਸੀਂ ਲੋਕ ਬਹੁਤ ਕੁਝ ਲੋਕ ਖਜ਼ਾਨੇ ਭਰਦੇ ਆ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰਕਾਰ ਨੂੰ ਜਿਹੜਾ ਟੈਕਸ ਦਿੰਦੇ ਆ ਸੋ ਅਸੀਂ ਲੋਕਾਂ ਨੂੰ ਰਿਟਰਨ ਕਰਨਾ ਹੁੰਦਾ ਇਹ ਸਾਡੀ ਵਿਧਾਨਕ ਅਤੇ ਸਾਡੀ ਸੋਸ਼ਲ ਜਿਹੜੀ ਆ ਲਾਇਬਿਲਟੀ ਹੈਗੀ ਆ ਸੋ ਫ੍ਰੀ ਇੱਥੇ ਕੁਝ ਨਹੀਂ ਦਿੱਤਾ ਜਾਂਦਾ ਲੋਕਾਂ ਨੂੰ ਦੇਣਾ ਇਹ ਸਰਕਾਰਾਂ ਦੀ ਡਿਊਟੀ ਹੈ ਨਹੀਂ ਕੋਈ ਸਮੱਸਿਆ ਨਹੀਂ ਆਊਗੀ ਸਾਰੇ ਬੰਦੋਬਸਤ ਕੀਤੇ ਹੋਏ ਨਹੀਂ ਅਸੀਂ ਆਲਮੋਸਟ ਪ੍ਰਬੰਧ ਪੂਰੇ ਕਰ ਲਏ ਆ ਤੁਹਾਨੂੰ ਕਾਫੀ ਬੈਟਰ ਰਿਜ਼ਲਟ ਮਿਲਣਗੇ ਫੂਡ ਸਪਲਾਈ ਡਿਪਾਰਟਮੈਂਟ ਦੇ ਨਹੀਂ ਕੋਈ ਇਸ਼ੂ ਨਹੀਂ ਹੈ ਅਸੀਂ ਕੇਂਦਰ ਦੇ ਨਾਲ ਵੀ ਸਾਡੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਸਾਡੀ ਹੋਈ ਹੈ ਚੰਗੇ ਮਾਹੌਲ 'ਚ ਹੋਈ ਆ ਉਹ ਵੀ ਸਾਨੂੰ ਕੋਆਪਰੇਟ ਕਰ ਰਹੇ ਆ ਅਸੀਂ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਲਈ ਹਰ ਉਸ ਦੁਆਰ ਤੇ ਜਾਵਾਂਗੇ ਜਿੱਥੇ ਸਾਨੂੰ ਜਾਣ ਦੀ ਲੋੜ ਹੋਊਗੀ ਬੈਟਰ ਰਿਜ਼ਲਟ ਮਿਲਣਗੇ ਪੰਜਾਬ ਦੇ ਲਈ ਉਮੀਦ ਕਰੋ ਤੁਹਾਡਾ ਸਭ ਦਾ ਧੰਨਵਾਦ ਜੀ ਤਾਂ ਤੁਹਾਨੂੰ ਦੱਸ ਦਈਏ ਬੈਠਕ ਤੋਂ ਬਾਅਦ ਜੋ ਬਿਆਨ ਆਇਆ ਉਸ ਦੇ ਵਿੱਚ ਕਿਹਾ ਗਿਆ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੇ ਹੈ ਸਮੱਸਿਆ ਨਹੀਂ ਝੇਲਣੀ ਪਵੇਗੀ ਪੰਜਾਬ ਦੀ ਆਮ ਆਦਮੀ ਸਰਕਾਰ ਜੇ ਹੈ ਲੋਕਾਂ ਲਈ ਵੱਡੇ ਪ੍ਰਬੰਧ ਕਰ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਫ੍ਰੀ ਕੁਛ ਨਹੀਂ ਮਿਲਦਾ ਕੈਮਰਾਮੈਨ ਦੀਪਕ ਦੇ ਨਾਲ ਨਿਰੂਪ ਚਲਵਾਨ ਦੈਨਿਕ ਸਵੇਰਾ ਟੀਵੀ ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84374 94648 84374 94648